ਸੁਖਬੀਰ ਬਾਦਲ ਅੱਜ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰਖਵਾਏ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਆਏ। ਦੋਵਾਂ ਨੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਬਾਰੇ ਕੁਝ ਵੀ ਨਹੀਂ ਸੋਚ ਰਹੀ। ਉਹਨਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਸਿਰਫ ਲੋਕਾਂ ਨੂੰ ਟੀਵੀ ਚੈਨਲਾਂ ਤੇ ਹਸਾ ਸਕਦੇ ਨੇ ਜਾਂ ਫਿਰ ਲੋਕਾਂ ਦੀ ਨਿੰਦਾ ਹੀ ਕਰ ਸਕਦੇ ਨੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਵੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਨਹੀਂ ਕੀਤੀ। ਸਾਹਿਬ ਨੂੰ ਪਾਰਟੀਆਂ ਬਦਲਣ ਦਾ ਸ਼ੌਕ ਹੈਗਾ, ਪਹਿਲੇ ਇੱਕ ਪਾਰਟੀ 'ਚ ਹੀ ਸੀ, ਉਸ ਪਾਰਟੀ 'ਚ ਨਾਰਾਜ਼ਗੀ ਜਤਾਤੇ ਕਿ ਪੁੱਛਗਿੱਛ ਘੱਟ ਸੀ, ਉਸ ਪਾਰਟੀ ਨੂੰ ਛੱਡ ਕੇ ਆ ਗਏ, ਫਿਰ ਕਿਤੇ ਹੋਰ, ਪਹਿਲੇ ਆਵਾਜ਼ੇ ਪੰਜਾਬ ਦੇ ਨਾਂ ਦੀ ਗੱਲ ਕਰਦੇ ਸੀ, ਫਿਰ ਪਤਾ ਨਹੀਂ ਆਵਾਜ਼ੇ ਪੰਜਾਬ ਨੂੰ ਕੀ ਉਹ ਆਵਾਜ਼ ਬੰਦ ਕੀਤੀ ਅਤੇ ਫਿਰ ਕਾਂਗਰਸ 'ਚ ਆ ਗਏ। ਹੁਣ ਕਾਂਗਰਸ 'ਚ ਪੁੱਛਗਿੱਛ ਕਰ ਤੋਂ ਸ਼ਾਇਦ ਆਮ ਆਦਮੀ ਵਿੱਚ ਜਾਣ ਦੀ ਇੰਨੀ ਤਿਆਰੀ ਕਰ ਰਹੇ ਹੋਣਗੇ ਅਤੇ ਦਲ ਬਦਲੂ ਹੁੰਦੇ ਨੇ ਉਹ ਕਿਸੇ ਹੋਰ ਜਾਂ ਕਿਸੇ ਪਾਰਟੀ ਦੇ ਜਾਂ ਲੋਕਾਂ ਵਾਸਤੇ ਨਹੀਂ ਹੁੰਦੇ, ਉਹ ਖੁਦਗਰ ਸਿਰਫ ਆਪਣੇ ਵਾਸਤੇ ਹੁੰਦੇ ਨੇ। ਇਹ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਕਾਂਗਰਸ ਪਾਰਟੀ ਕਦੇ ਆਪਣੇ ਵਾਅਦਿਆਂ ਦੇ ਉੱਤੇ ਖੜੀ ਰਹੀ ਹੈ। ਕੈਪਟਨ ਸਾਹਿਬ ਦਾ ਇਤਿਹਾਸ ਦੇਖ ਲਓ, ਇਹ ਤਾਂ ਪਤਾ ਹੀ, ਜਿਹੜੀ ਚੀਜ਼ ਇਲੈਕਸ਼ਨਾਂ 'ਚ ਪਹਿਲੇ ਵੀ ਬੋਲਦੇ ਸੀ, ਜਿਹੜੀ ਪੈਨਸ਼ਨ ਸ਼ਗਨ ਬਾਦਲ ਸਾਹਿਬ ਪਿਛਲੇ ਲਗਾ ਕੇ ਗਏ ਸੀ ਜਦ ਇਹਨਾਂ ਦੀ 2002 'ਚ ਸਰਕਾਰ ਬਣੀ ਸੀ, ਉਹ ਸਾਰੀ ਰੱਦ ਕਰਕੇ ਮੋਟਰਾਂ ਦੇ ਬਿੱਲ ਤਾਂ ਵੀ ਲਗਾਤੇ ਸੀ। ਹੁਣ ਵੀ ਕਹਿੰਦੇ ਸੀ ਕਿ ਇਹ ਵੀ ਸਾਰਾ ਕੁਝ ਰੱਦ ਕਰਨਗੇ, ਹੁਣ ਪੈਨਸ਼ਨ ਸਾਲ ਭਰ ਤੋਂ ਕਿਸੇ ਨੂੰ ਨਹੀਂ ਮਿਲੀ, ਗਰੀਬਾਂ ਦੇ ਆਟੇ ਦਾਲ ਮੁੱਕ ਗਏ, ਉਹਨਾਂ ਦਾ ਇੱਕ ਦਾਣਾ ਨਹੀਂ ਮਿਲਿਆ ਸਾਲ ਭਰ ਤੋਂ, ਹੁਣ ਮੋਟਰਾਂ ਦੇ ਬਿੱਲ ਵੀ ਲੱਗਣਗੇ। ਤਾਂ ਮੈਂ ਹੁਣ ਹੋਰ ਵੀ ਦੱਸਾਂ, ਜਿਹੜਾ ਪੰਜਾਬ ਦੇ ਪਾਣੀਆਂ ਦੀ ਲੜਾਈ ਆ, ਜੇ ਤੁਸੀਂ ਦੇਖੋ ਇਹ ਕੈਪਟਨ ਸਾਹਿਬ ਜਿਹੜੇ ਨੇ ਨੀਂਹ ਪੱਥਰ ਇੰਦਰਾ ਗਾਂਧੀ ਦੇ ਨਾਲ ਟੱਕ ਲਾਈ ਸੀ, ਅਜੇ ਤਾਂ ਪੰਜਾਬ ਦੇ ਪਾਣੀਆਂ ਦੇ ਨਾਲ ਵੀ ਇਹ ਸੌਦੇਬਾਜ਼ੀ ਇਹਨਾਂ ਨੇ ਅੱਗੇ ਕਰਨੀ ਹੈਗੀ ਹੈ, ਤਾਂ ਅਜੇ ਸ਼ੁਰੂਆਤ ਹੈਗੀ। ਅਤੇ ਮੋਟਰਾਂ ਦੇ ਬਿੱਲ ਵੀ ਲੱਗਣਗੇ, ਆਟੇ ਦਾਲ ਪਹਿਲੇ ਬੰਦ ਹੋ ਗਏ ਨੇ, ਸਕੂਲ ਬੰਦ ਹੋ ਰਹੇ ਨੇ, ਸੇਵਾ ਕੇਂਦਰ ਬੰਦ ਹੋ ਰਿਹਾ, ਏਮਸ ਵਰਗੇ ਵੱਡੇ ਹਸਪਤਾਲ ਨੂੰ ਇਹ ਬੰਦ ਕਰ ਰਹੇ ਨੇ, ਠੱਪ ਕਰਤਾ, ਉੱਥੇ ਕੰਮ ਨਹੀਂ ਚੱਲ ਰਿਹਾ, ਮੈਗਾ ਫੂਡ ਪਾਰਕ ਦਾ ਕੰਮ ਨਹੀਂ ਚੱਲ ਰਿਹਾ, ਕੋਲਡ ਚੇਨਾਂ ਦਾ ਕੰਮ ਨਹੀਂ ਚੱਲ ਰਿਹਾ, ਕਿਹੜਾ ਕੰਮ ਚੱਲ ਰਿਹਾ ਪੰਜਾਬ 'ਚ? ਅੰਮ੍ਰਿਤਸਰ ਤੋਂ ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਧਰਮਵੀਰ ਗਿੱਲ, ਖਬਰ ਹਰ ਪਲ ਇੰਡੀਆ ਲਈ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।